ਪੰਜਾਬ ਦੇ ਡੀ ਜੀ ਪੀ ਦੀ ਨਿਯੁਕਤੀ ਨਾਲ ਜੁੜਿਆ ਹੋਇਆ ਮੁੱਦਾ ਇੱਕ ਵਾਰ ਫਿਰ ਤੋਂ ਗਰਮ ਹੋ ਚੁੱਕਿਆ, ਕਿਉਂਕਿ ਪੰਜਾਬ ਦੇ ਡੀ ਜੀ ਪੀ ਹਿਊਮਨ ਰਾਈਟਸ ਮੁਹੰਮਦ ਮੁਸਤਫਾ ਹਾਈਕੋਰਟ ਦੇ ਵਿੱਚ ਪਹੁੰਚ ਚੁੱਕੇ ਨੇ। ਹਾਈਕੋਰਟ ਦੇ ਵਿੱਚ ਉਹਨਾਂ ਨੇ ਇੱਕ ਪਟੀਸ਼ਨ ਲਾਈ ਹੈ, ਜਿਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਕੇਸ ਕੈਟ ਦੇ ਵਿੱਚ ਲੈ ਕੇ ਗਏ ਸਨ। ਕੈਟ ਤੁਹਾਨੂੰ ਮੈਂ ਦੱਸ ਦਿੰਦਾ ਕਿ ਹੁੰਦਾ, ਸੈਂਟਰਲ ਐਡਮਿਨਿਸਟ੍ਰੇਟਰ ਟ੍ਰਿਬਿਊਨਲ, ਜਿੱਥੇ ਕਿ ਹਾਇਰ ਪੋਜੀਸ਼ਨ ਵਾਲੇ ਮਾਮਲੇ ਡਿਸਕਸ ਹੁੰਦੇ ਨੇ, ਕੋਰਟ ਬੈਠਦੀ ਹੈ, ਉਸ ਦੇ ਵਿੱਚ ਮੁਹੰਮਦ ਮੁਸਤਫਾ ਇਸ ਕੇਸ ਨੂੰ ਲੈ ਕੇ ਗਏ ਸਨ। ਮੁਹੰਮਦ ਮੁਸਤਫਾ ਨੇ ਹਾਈਕੋਰਟ ਦੇ ਵਿੱਚ ਕਿਹਾ ਕਿ ਜੋ ਨਿਯੁਕਤੀ ਹੋਈ ਆ ਉਹ ਗਲਤ ਹੋਈ ਆ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਦੀ, ਅਤੇ ਹੁਣ ਉਹਨਾਂ ਨੇ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਲਾਈ ਹੈ, ਜਿਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਣਵਾਈ ਕੀਤੀ ਜਾਵੇ। ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਕੈਟ ਦੇ ਵਿੱਚ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਤਾਂ ਇੱਥੇ ਹਾਈਕੋਰਟ ਦੇ ਵਿੱਚ ਉਹਨਾਂ ਦੀ ਸੁਣਵਾਈ ਕੀਤੀ ਜਾਵੇ। ਅੱਜ ਉਹਨਾਂ ਦੀ ਸੁਣਵਾਈ ਹੋਈ, ਜਿਸ ਸੁਣਵਾਈ ਦੇ ਵਿੱਚ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਕੇਂਦਰ ਸਰਕਾਰ ਦੱਸੇ ਕਿ ਕੈਟ ਦੇ ਕਿੰਨੇ ਮੈਂਬਰ ਜ਼ਰੂਰੀ ਹੁੰਦੇ ਨੇ ਅਤੇ ਮੌਜੂਦਾ ਕਿੰਨੇ ਮੈਂਬਰ ਨੇ, ਅਤੇ ਇੰਨੀ ਲੇਟ ਕਾਰਵਾਈ ਕਿਉਂ ਹੋ ਰਹੀ ਹੈ। ਪੰਜਾਬ ਸਰਕਾਰ ਤੋਂ ਵੀ ਪੁੱਛਿਆ ਕਿ ਪੰਜਾਬ ਸਰਕਾਰ ਕੈਟ ਤੋਂ ਸਮਾਂ ਕਿਉਂ ਮੰਗ ਰਹੀ ਹੈ, ਤਾਂ ਇਸ ਵਿਸ਼ੇ 'ਤੇ ਲਗਾਤਾਰ ਸਿਆਸਤ ਗਰਮ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਹੈ, ਕਿਉਂਕਿ ਇਸ ਵਿਸ਼ੇ ਦੇ ਉੱਤੇ ਚਟੋਪਾਧਿਆ ਜੋ ਕਿ ਹਾਇਰ ਆਫਿਸਰਸ ਨੇ ਉਹ ਵੀ ਹਾਈਕੋਰਟ ਦੇ ਵਿੱਚ ਵੀ ਗਏ ਸਨ, ਕੈਟ ਦੇ ਵਿੱਚ ਵੀ ਗਏ ਸਨ। ਮੁਹੰਮਦ ਮੁਸਤਫਾ ਵੀ ਪੰਜਾਬ ਦੇ ਮੌਜੂਦਾ ਡੀ ਜੀ ਪੀ ਦਿਨਕਰ ਗੁਪਤਾ ਦੇ ਖਿਲਾਫ ਕੈਟ ਦੇ ਵਿੱਚ ਵੀ ਗਏ ਨੇ ਅਤੇ ਹੁਣ ਹਾਈਕੋਰਟ ਦੇ ਵਿੱਚ ਵੀ ਆਏ ਨੇ, ਤਾਂ ਲਗਾਤਾਰ ਮੁੱਦਾ ਗਰਮਾਇਆ ਹੋਇਆ ਅਤੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਡੀ ਜੀ ਪੀ ਵਜੋਂ ਸਾਨੂੰ ਪਹਿਲ ਮਿਲਣੀ ਚਾਹੀਦੀ ਸੀ, ਲੇਕਿਨ ਦਿਨਕਰ ਗੁਪਤਾ ਨੂੰ ਪਹਿਲ ਦਿੱਤੀ ਗਈ ਅਤੇ ਇਸ ਦੇ ਖਿਲਾਫ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ ਅਤੇ ਅੱਜ ਹਾਈਕੋਰਟ ਦੇ ਵਿੱਚ ਵੀ ਗਏ ਸਨ। ਹੁਣ ਹਾਈਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ 21 ਜਨਵਰੀ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ। 21 ਜਨਵਰੀ ਨੂੰ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਏਗੀ, ਤਾਂ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਰੁੱਖ ਅਖਤਿਆਰ ਕਰਦੀ ਹੈ ਹਾਈਕੋਰਟ ਅਤੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਕਿਸ ਤਰੀਕੇ ਨਾਲ ਫਟਕਾਰ ਲਾਉਂਦੀ ਹੈ, ਅਤੇ ਕੀ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਰਹਿਣਗੇ ਜਾਂ ਨਹੀਂ ਰਹਿਣਗੇ ਇਹ ਪਤਾ ਚੱਲੇਗਾ। ਲੇਕਿਨ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਗਰਮਾਹਟ ਜ਼ਰੂਰ ਹੈ, ਠੰਡ ਜ਼ਰੂਰ ਹੋਈ ਪਈ ਹੈ, ਲੇਕਿਨ ਪੰਜਾਬ ਦੀ ਪੁਲਿਸ ਦੇ ਵਿੱਚ ਗਰਮਾਹਟ ਇਸ ਸਮੇਂ ਪੂਰੀ ਬਣੀ ਹੋਈ ਹੈ। ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।